ਤਾਂ ਹਜ਼ਾਰਾਂ ਰੁਪਏ ਦੀ ਰਿਸ਼ਵਤ ਲੈਂਦੇ ਹੋਏ ASI ਨੂੰ ਵਿਜੀਲੈਂਸ ਦੇ ਵੱਲੋਂ ਕਾਬੂ ਕੀਤਾ ਗਿਆ ਹੈ। ਰਿਸ਼ਵਤ ਦੀ ਜਿਹੜੀ ਰਕਮ ਹੈ ਉਹ ਵੀ ਮੌਕੇ ਤੇ ਬਰਾਮਦ ਕਰ ਲਈ ਗਈ ਹੈ। ਤਾਂ ਦੱਸ ਦਈਏ ਕਿ ਫਰੀਦਕੋਟ ਦੇ ਵਿੱਚ ASI ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ ਵਿਜੀਲੈਂਸ ਨੇ। ASI ਹਰਵਿੰਦਰ ਸਿੰਘ ਤਸਵੀਰ ਦੇਖ ਰਹੀ ਹੋਵੇਗੀ ਇਸ ਸ਼ਖਸ ਦੀ। ASI ਹੈ ਇੱਕ ਥਾਣੇ ਦੇ ਵਿੱਚ, ਫਰੀਦਕੋਟ ਦੇ ਥਾਣੇ 'ਚ ASI ਲੱਗਿਆ ਅਤੇ ਇਸਨੇ ਇੱਕ ਪੀੜਿਤ ਦੇ ਕੋਲੋਂ ਜ਼ਮਾਨਤੀ ਬੌਂਡ ਲੈਣ ਦੇ ਬਦਲਿਆਂ 15,000 ਰੁਪਏ ਦੀ ਰਿਸ਼ਵਤ ਮੰਗੀ ਸੀ। ਇਸਨੇ ਪੀੜਤ ਦੇ ਕੋਲੋਂ ਪਹਿਲਾਂ ਹੀ 2,000 ਰੁਪਏ ਦੀ ਰਿਸ਼ਵਤ ਲੈ ਲਈ ਸੀ ਅਤੇ ਬਕਾਇਆ ਰਿਸ਼ਵਤ ਦੇਣ ਤੋਂ ਪਹਿਲਾਂ ਪੀੜਤ ਨੇ ਵਿਜੀਲੈਂਸ ਨੂੰ ਸ਼ਿਕਾਇਤ ਕਰ ਦਿੱਤੀ। ਵਿਜੀਲੈਂਸ ਨੇ ਪੀੜਤ ਦੇ ਨਾਲ ਰਲ ਕੇ ਇੱਕ ਚਾਲ ਚੱਲੀ ਅਤੇ ਬਕਾਇਆ ਰਿਸ਼ਵਤ ਦੀ ਰਕਮ ਦੇ ਕੇ ਪੀੜਤ ਨੂੰ ASI ਦੇ ਕੋਲ ਭੇਜ ਦਿੱਤਾ। ASI ਨੇ ਜਿਵੇਂ ਹੀ ਨੋਟ ਫੜੇ, ਨਾਲ ਹੀ ਉਹ ਵੀ ਫੜਿਆ ਗਿਆ। ਤਾਂ ਦੱਸ ਦਈਏ ਕਿ ASI ਹਰਵਿੰਦਰ ਸਿੰਘ 11,500 ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਦੇ ਵੱਲੋਂ ਇਸ ਨੂੰ ਕਾਬੂ ਕੀਤਾ ਗਿਆ। ਫਰੀਦਕੋਟ ਦੇ ਗੋਲੇਵਾਲਾ ਥਾਣਾ ਦੇ ਵਿੱਚ ਹੈ ਤੈਨਾਤ ASI ਹਰਵਿੰਦਰ ਸਿੰਘ। ਜ਼ਮਾਨਤੀ ਬੌਂਡ ਲੈਣ ਦੇ ਬਦਲੇ ਇਸਨੇ 15,000 ਰੁਪਏ ਦੀ ਰਿਸ਼ਵਤ ਮੰਗੀ ਸੀ। 2,000 ਰੁਪਏ ਪਹਿਲਾਂ ਹੀ ਲੈ ਚੁੱਕਿਆ ਸੀ ਅਤੇ ਬਕਾਇਆ ਲੈਣ ਦੇ ਲਈ ਇਸਨੇ ਥਾਣੇ ਦੇ ਅੰਦਰ ਪੀੜਤ ਨੂੰ ਬੁਲਾਇਆ। ਤਾਂ ਪੀੜਤ ਵੀ ਅੱਗੋਂ ਤੇਜ਼ ਨਿਕਲਿਆ ਪੀੜਤ ਦੇ ਵੱਲੋਂ। ਤਾਂ ਵਿਜੀਲੈਂਸ ਬਿਊਰੋ ਦੇ ਵੱਲੋਂ ਪੀੜਤ ਦੇ ਨਾਲ ਰਲ ਕੇ ਇੱਕ ਚਾਲ ਚੱਲੀ ਗਈ ਅਤੇ ASI ਨੂੰ 11,500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਤਾਂ ਜੇਕਰ ਤੁਹਾਡੇ ਤੋਂ ਵੀ ਕੋਈ ਸਰਕਾਰੀ ਮੁਲਾਜ਼ਮ ਰਿਸ਼ਵਤ ਮੰਗਦਾ ਹੈ ਤਾਂ ਵਿਜੀਲੈਂਸ ਨੂੰ ਜ਼ਰੂਰ ਦੱਸੋ। ਤਾਂ ਹਜ਼ਾਰਾਂ ਰੁਪਏ ਦੀ ਰਿਸ਼ਵਤ ਲੈਂਦੇ ਹੋਏ ASI ਨੂੰ ਵਿਜੀਲੈਂਸ ਦੇ ਵੱਲੋਂ ਕਾਬੂ ਕੀਤਾ ਗਿਆ ਹੈ। ਰਿਸ਼ਵਤ ਦੀ ਜਿਹੜੀ ਰਕਮ ਹੈ ਉਹ ਵੀ ਮੌਕੇ ਤੇ ਬਰਾਮਦ ਕਰ ਲਈ ਗਈ ਹੈ। ਤਾਂ ਦੱਸ ਦਈਏ ਕਿ ਫਰੀਦਕੋਟ ਦੇ ਵਿੱਚ ASI ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ ਵਿਜੀਲੈਂਸ ਨੇ। ASI ਹਰਵਿੰਦਰ ਸਿੰਘ ਤਸਵੀਰ ਦੇਖ ਰਹੀ ਹੋਵੇਗੀ ਇਸ ਸ਼ਖਸ ਦੀ। ASI ਹੈ ਇੱਕ ਥਾਣੇ ਦੇ ਵਿੱਚ, ਫਰੀਦਕੋਟ ਦੇ ਥਾਣੇ 'ਚ ASI ਲੱਗਿਆ ਅਤੇ ਇਸਨੇ ਇੱਕ ਪੀੜਿਤ ਦੇ ਕੋਲੋਂ ਜ਼ਮਾਨਤੀ ਬੌਂਡ ਲੈਣ ਦੇ ਬਦਲਿਆਂ 15,000 ਰੁਪਏ ਦੀ ਰਿਸ਼ਵਤ ਮੰਗੀ ਸੀ। ਇਸਨੇ ਪੀੜਤ ਦੇ ਕੋਲੋਂ ਪਹਿਲਾਂ ਹੀ 2,000 ਰੁਪਏ ਦੀ ਰਿਸ਼ਵਤ ਲੈ ਲਈ ਸੀ ਅਤੇ ਬਕਾਇਆ ਰਿਸ਼ਵਤ ਦੇਣ ਤੋਂ ਪਹਿਲਾਂ ਪੀੜਤ ਨੇ ਵਿਜੀਲੈਂਸ ਨੂੰ ਸ਼ਿਕਾਇਤ ਕਰ ਦਿੱਤੀ। ਵਿਜੀਲੈਂਸ ਨੇ ਪੀੜਤ ਦੇ ਨਾਲ ਰਲ ਕੇ ਇੱਕ ਚਾਲ ਚੱਲੀ ਅਤੇ ਬਕਾਇਆ ਰਿਸ਼ਵਤ ਦੀ ਰਕਮ ਦੇ ਕੇ ਪੀੜਤ ਨੂੰ ASI ਦੇ ਕੋਲ ਭੇਜ ਦਿੱਤਾ। ASI ਨੇ ਜਿਵੇਂ ਹੀ ਨੋਟ ਫੜੇ, ਨਾਲ ਹੀ ਉਹ ਵੀ ਫੜਿਆ ਗਿਆ। ਤਾਂ ਦੱਸ ਦਈਏ ਕਿ ASI ਹਰਵਿੰਦਰ ਸਿੰਘ 11,500 ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਦੇ ਵੱਲੋਂ ਇਸ ਨੂੰ ਕਾਬੂ ਕੀਤਾ ਗਿਆ। ਫਰੀਦਕੋਟ ਦੇ ਗੋਲੇਵਾਲਾ ਥਾਣਾ ਦੇ ਵਿੱਚ ਹੈ ਤੈਨਾਤ ASI ਹਰਵਿੰਦਰ ਸਿੰਘ। ਜ਼ਮਾਨਤੀ ਬੌਂਡ ਲੈਣ ਦੇ ਬਦਲੇ ਇਸਨੇ 15,000 ਰੁਪਏ ਦੀ ਰਿਸ਼ਵਤ ਮੰਗੀ ਸੀ। 2,000 ਰੁਪਏ ਪਹਿਲਾਂ ਹੀ ਲੈ ਚੁੱਕਿਆ ਸੀ ਅਤੇ ਬਕਾਇਆ ਲੈਣ ਦੇ ਲਈ ਇਸਨੇ ਥਾਣੇ ਦੇ ਅੰਦਰ ਪੀੜਤ ਨੂੰ ਬੁਲਾਇਆ। ਤਾਂ ਪੀੜਤ ਵੀ ਅੱਗੋਂ ਤੇਜ਼ ਨਿਕਲਿਆ ਪੀੜਤ ਦੇ ਵੱਲੋਂ। ਤਾਂ ਵਿਜੀਲੈਂਸ ਬਿਊਰੋ ਦੇ ਵੱਲੋਂ ਪੀੜਤ ਦੇ ਨਾਲ ਰਲ ਕੇ ਇੱਕ ਚਾਲ ਚੱਲੀ ਗਈ ਅਤੇ ASI ਨੂੰ 11,500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਤਾਂ ਜੇਕਰ ਤੁਹਾਡੇ ਤੋਂ ਵੀ ਕੋਈ ਸਰਕਾਰੀ ਮੁਲਾਜ਼ਮ ਰਿਸ਼ਵਤ ਮੰਗਦਾ ਹੈ ਤਾਂ ਵਿਜੀਲੈਂਸ ਨੂੰ ਜ਼ਰੂਰ ਦੱਸੋ।